ਮੀਆਂ ਬੀਬੀ ਦੋਨੇ ਹੈਂਡੀਕੈਪ ਹੈ ਪਰ ਫਿਰ ਵੀ ਜਿਹੜੇ ਨੇ ਉਹ ਖੁਸ਼ ਨੇ, ਆਪਣੀ ਜ਼ਿੰਦਗੀ ਤੋਂ ਖੁਸ਼ ਨੇ। ਮੈਂ ਤਸਵੀਰ ਵੀ ਤੁਹਾਨੂੰ ਦਿਖਾਉਂਦਾ ਪਿਆ, ਚਿਹਰੇ ਤੇ ਮੁਸਕਰਾਹਟ ਹੈ, ਚਿਹਰੇ ਤੇ ਮੁਸਕਰਾਹਟ ਵੀ ਹੈ। ਤੁਸੀਂ ਨੀ ਮਨ ਚ ਸੋਚਿਆ ਵੀ ਕਿੱਥੇ ਜਾਣਾ ਘੁੰਮਣ ਜਾਂ ਕਿੱਥੇ ਸੈਲੀਬ੍ਰੇਸ਼ਨ ਕਰਨਾ? ਅਸੀਂ ਸੈਲੀਬ੍ਰੇਸ਼ਨ ਹੀ ਆਪਣਾ, ਅਸੀਂ ਆਪਣੇ ਕੰਮ ਕਾਰ ਚ ਆਉਂਦੇ ਹਾਂ, ਤੁਹਾਡੇ ਲਈ ਇਹੋ ਸੈਲੀਬ੍ਰੇਟਡ ਹੈ। ਇੱਥੇ ਸਾਡਾ ਨਵਾਂ ਸਾਲ, ਇੱਥੇ ਸਾਡਾ ਪਾਣਾ, ਮੈਂ ਆਪਣੇ ਆਪ ਤੋਂ ਬਹੁਤ ਖੁਸ਼ ਹਾਂ। ਇੰਨੀ ਤੰਗੀ ਨੀ ਮੈਨੂੰ, ਜਿੰਨਾ ਵੀ ਹੈ ਆਪਣੇ ਬਾਅਦ ਹੀ ਵਧੀਆ। ਜੇ ਮੈਂ ਚੰਗਾ ਵੀ ਹੁੰਦਾ, ਇੱਕ ਗੱਲ ਹੈ ਮਿਸਾਲ ਮੰਨ ਸੋਚਦਾ, ਤੇ ਕੀ ਪਤਾ ਮੈਂ ਕਿਹੜੇ ਮਾੜਾ ਕਰਮ ਵੀ ਕਰਨਾ ਕੋਈ, ਤੇ ਜੇ ਰੱਖਿਆ ਉਹਨੇ ਮੈਨੂੰ ਜਿੱਥੇ ਰੱਖਿਆ ਮੈਂ ਉੱਥੇ ਖੁਸ਼ ਹਾਂ, ਬੜਾ ਵਧੀਆ। ਮਤਲਬ ਲੁਧਿਆਣਾ ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜੋ ਤੁਸੀਂ ਜਾਣਦੇ ਹੋ ਕਿ ਕੱਲ 31 ਦਸੰਬਰ ਹੈ ਤੇ 31 ਦਸੰਬਰ ਨੂੰ ਲੋਕ ਜਿਹੜੇ ਨੇ ਪਾਰਟੀਆਂ ਕਰਦੇ ਨੇ, ਸੈਲੀਬ੍ਰੇਸ਼ਨ ਕਰਦੇ ਨੇ ਕਿ ਪੁਰਾਣਾ ਸਾਲ ਆ ਜਿਹੜਾ ਉਹ ਖੁਸ਼ੀਆਂ ਨਾਲ ਚਾਵਾਂ ਨਾਲ ਲੰਘ ਗਿਆ ਹੈ ਤੇ ਨਵਾਂ ਸਾਲ ਆ ਜਿਹੜਾ ਉਹ ਖੁਸ਼ੀਆਂ ਤੇ ਚਾਵਾਂ ਵਾਲਾ ਜਿਹੜਾ ਸਾਰੇ ਪਰਿਵਾਰ ਦੇ ਉੱਤੇ ਤੇ ਸਾਰਿਆਂ ਵਾਸਤੇ ਆਵੇ। ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਇੱਕ ਕਿ ਚਿਹਰੇ ਦੇ ਉੱਤੇ ਮੁਸਕਰਾਹਟ ਹੈ, ਇਹ ਹੈਂਡੀਕੈਪ ਹੈ, ਮੀਆਂ ਬੀਬੀ ਦੋਨੇ ਹੈਂਡੀਕੈਪ ਹੈ ਪਰ ਫਿਰ ਵੀ ਜਿਹੜੇ ਨੇ ਉਹ ਖੁਸ਼ ਨੇ, ਆਪਣੀ ਜ਼ਿੰਦਗੀ ਤੋਂ ਖੁਸ਼ ਨੇ। ਮੈਂ ਤਸਵੀਰ ਵੀ ਤੁਹਾਨੂੰ ਦਿਖਾਉਂਦਾ ਪਿਆ, ਚਾਹ ਦਾ ਕੰਮ ਵੀਰ ਕਰਦਾ ਹੈ ਤਾਂ ਜਿਹੜਾ ਇਹ ਚਿਹਰੇ ਤੇ ਮੁਸਕਰਾਹਟ ਹੈ, ਚਿਹਰੇ ਤੇ ਮੁਸਕਰਾਹਟ ਵੀ ਹੈ। ਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਲੋਕ ਜਿਹੜੇ ਨੇ, ਕੋਈ ਸ਼ਿਮਲੇ ਜਾਂਦਾ ਤੇ ਕੋਈ ਮਨਾਲੀ ਜਾਂਦਾ ਹੈ ਤੇ ਕੋਈ ਫੋਰਨ ਦੇ ਵਿੱਚ ਸੈਲੀਬ੍ਰੇਸ਼ਨ ਕਰਦਾ ਹੈ, ਤਾਂ ਇਹ ਵੀਰ ਨੂੰ ਪੁੱਛਾਂਗੇ ਇਹਦਾ ਸੈਲੀਬ੍ਰੇਸ਼ਨ ਕਿੱਦਾਂ ਦਾ ਨਵੇਂ ਸਾਲ ਦਾ ਤੇ ਜਾਂ ਪੁਰਾਣੇ ਸਾਲ ਦਾ ਕਿੱਦਾਂ ਦਾ ਹੈ ਤੇ ਕੀ ਮਾਹੌਲ ਹੈ, ਗੱਲਬਾਤ ਕਰਦੇ ਹਾਂ। ਸੋ ਨਮਸਕਾਰ ਭਾਜੀ, ਕੀ ਨਾਮ ਜੀ? ਸੋਨੂੰ। ਸੋਨੂੰ ਜੀ, ਤੁਸੀਂ ਪਹਿਲਾਂ ਦੱਸੋ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਤੇ ਅਸੀਂ ਤਿੰਨ ਭਰਾ ਹੈ ਜੀ, ਦੋ ਵਿਆਹੇ ਆ ਤੇ ਡੈਡੀ ਹੈ ਮੇਰਾ, ਮੰਮੀ ਹੋਣਾਂ ਦੀ ਡੈਥ ਹੋ ਗਈ ਹੈ, ਭੈਣਾਂ ਦੀ ਵਿਆਹੀ ਹੈ ਤੇ ਅਸੀਂ ਮਤਲਬ ਦੋਵੇਂ ਜੀ ਹਾਡੀ ਗੈਪ ਹੈ, ਗੁੜੀਆ ਮੇਰੀ 6-7 ਸਾਲ ਦੀ ਤੇ ਸਾਰਾ ਕੰਮ ਹੀ ਮੈਂ ਕਰਦਾ ਵਾ। ਸੋ ਫਿਰ ਨਵਾਂ ਸਾਲ ਜਿਹੜਾ ਇਹ ਪਰਸੋਂ ਚੜ੍ਹਨਾ ਤੇ ਪੁਰਾਣਾ ਸਾਲ ਕੱਲ ਖਤਮ ਹੋ ਜਾਣਾ 31 ਦਸੰਬਰ ਨੂੰ, ਹਾਂਜੀ, ਤੁਸੀਂ ਨੀ ਮਨ ਚ ਸੋਚਿਆ ਵੀ ਕਿੱਥੇ ਜਾਣਾ ਘੁੰਮਣ ਜਾਂ ਕਿੱਥੇ ਸੈਲੀਬ੍ਰੇਸ਼ਨ ਕਰਨਾ? ਅਸੀਂ ਸੈਲੀਬ੍ਰੇਸ਼ਨ ਹੀ ਆਪਣਾ, ਅਸੀਂ ਆਪਣੇ ਕੰਮ ਕਾਰ ਚ ਆਉਂਦੇ ਹਾਂ, ਤੁਹਾਡੇ ਲਈ ਇਹੋ ਸੈਲੀਬ੍ਰੇਟਡ ਹੈ, ਇੱਥੇ ਸਾਡਾ ਨਵਾਂ ਸਾਲ ਆ, ਇੱਥੇ ਸਾਡਾ ਪੁਰਾਣਾ। ਸੋ ਜ਼ਿੰਦਗੀ ਤੋਂ ਪਰੇਸ਼ਾਨ ਤੇ ਨਹੀਂ? ਜ਼ਿੰਦਗੀ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਮਿਹਨਤ ਕਰਕੇ ਖਾਣ ਰਹੇ ਹਾਂ, ਕਿ ਮੰਗਣ ਨਹੀਂ ਰਹੇ, ਕਿਸੇ ਕੋਲ ਚਾਹੇ ਕੋਈ ਚੀਜ਼ ਨਹੀਂ, ਮਾੜਾ ਕੰਮ ਨਹੀਂ ਕਰਨ ਰਹੇ ਹੈਗੇ, ਤੇ ਮੈਂ ਆਪਣੇ ਆਪ ਤੋਂ ਬਹੁਤ ਖੁਸ਼ ਹਾਂ। ਇੰਨੀ ਤੰਗੀ ਨਹੀਂ ਮੈਨੂੰ, ਜਿੰਨਾ ਵੀ ਹੈ ਆਪਣੇ ਬਾਅਦ ਹੀ ਵਧੀਆ। ਪਰਿਵਾਰ ਦੇ ਵਿੱਚ ਤੁਹਾਡੀ ਵਾਈਫ ਵੀ ਹੈਂਡੀਕੈਪ ਹੈ, ਤੁਸੀਂ ਵੀ ਹੈਂਡੀਕੈਪ ਹੋ, ਤੇ ਕਦੇ ਸੋਚਿਆ ਨਹੀਂ, ਮਨ ਦੇ ਵਿੱਚ ਸੋਚਿਆ ਨਹੀਂ ਕਿ ਪਰਮਾਤਮਾ ਨੇ ਕੀ ਮੈਨੂੰ ਜ਼ਿੰਦਗੀ ਬਖਸ਼ੀ ਹੈ? ਪਰ ਫਿਰ ਵੀ ਤੁਸੀਂ ਹੱਸਦੇ ਰਹਿੰਦੇ ਹੋ, ਮੁਸਕਰਾਉਂਦੇ ਰਹਿੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਪਰਮਾਤਮਾ ਨੇ, ਕਿਉਂ ਪਰਮਾਤਮਾ ਨੇ ਵਧੀਆ ਜ਼ਿੰਦਗੀ ਬਖਸ਼ੀ ਹੈ, ਮੈਂ ਵੀ ਆਖਾਂ। ਜੇ ਮੈਂ ਚੰਗਾ ਵੀ ਹੁੰਦਾ, ਇੱਕ ਗੱਲ ਹੈ ਮਿਸਾਲ ਮੰਨ ਕੇ ਸੋਚਦਾ, ਤੇ ਕੀ ਪਤਾ ਮੈਂ ਕਿਹੜੇ ਮਾੜਾ ਕਰਮ ਵੀ ਕਰਨਾ ਕੋਈ, ਤੇ ਜੇ ਰੱਖਿਆ ਉਹਨੇ ਮੈਨੂੰ ਜਿੱਥੇ ਰੱਖਿਆ ਮੈਂ ਉੱਥੇ ਖੁਸ਼ ਹਾਂ, ਬੜਾ ਵਧੀਆ। ਮਤਲਬ ਮੈਂ ਕਦੀ ਇਹ ਨਹੀਂ, ਕਦੀ ਇਹ ਨਹੀਂ ਕਦੀ ਕੀਤਾ ਹੈਗਾ ਕਦੀ ਜ਼ਿੰਦਗੀ ਚ ਵੀ, ਤੇ ਨਾ ਕਦੀ ਇੱਥੇ ਜਾਈ ਨਾ ਮੈਂ ਕਦੀ ਕਈ ਕਈ ਵਾਰੀ, ਤੇ ਮੈਨੂੰ 100-50 ਰੁਪਇਆ ਵੀ ਕੋਈ ਦੇ ਨਾ ਮੈਂ ਵੀ ਨਹੀਂ ਲੈਂਦਾ ਹੈਗਾ, ਕਹਿੰਦੇ ਨਹੀਂ ਉਹ ਤਾਂ ਮੇਰਾ ਜ਼ਮੀਰ ਹੀ ਨਹੀਂ ਵਾਜ ਦਿੰਦਾ ਹੈਗਾ ਮੈਂ ਕਿਤੇ ਪੈ ਲਾ। ਸੋ ਪੈਸਾ ਨਹੀਂ ਕਿਸੇ ਕੋਲ ਲੈਣਾ, ਮਿਹਨਤ ਕਰਨੀ, ਮਿਹਨਤ ਦਾ ਹੀ ਖਾਣਾ, ਆਪਣਾ ਹੀ ਖਾਣਾ, ਮਿਹਨਤ ਕਰਕੇ ਖਾਣੀ ਹੈ, ਕਿਸੇ ਕੋਲ ਪੈਸਾ ਨਹੀਂ ਲੈਣਾ। ਸੋ ਫਿਰ ਕਿੰਨੇ ਵਜੇ ਤੁਸੀਂ ਸਵੇਰੇ ਆਉਂਦੇ ਹੋ ਘਰੋਂ? ਮੈਂ 7 ਵਜੇ ਜਾਂਦੇ, 7 ਵਜੇ ਉੱਥੇ ਆ ਜਾਣਾ ਵਾ ਤੇ 7 ਵਜੇ ਚਲ ਜਾਣਾ। 7 ਵਜੇ ਸਵੇਰੇ ਆਉਣਾ, 7 ਵਜੇ ਸ਼ਾਮ ਨੂੰ? ਹਾਂਜੀ, ਗੁਜ਼ਾਰਾ ਹੋ ਜਾਂਦਾ ਫਿਰ? ਗੁਜ਼ਾਰਾ ਇਦਾਂ ਹੀ ਕਰਨਾ ਹੀ ਪੈਂਦਾ, ਕੀ ਕਰੀਏ ਹੁਣ, ਫਿਰ ਗੁੜੀਆ ਵੀ ਸਕੂਲੇ ਜਾਂਦੀ ਹੈ ਤੇ ਜਿੱਥੇ ਰੱਬ ਕਰੀ ਜਾਂਦਾ ਟਾਈਮ ਪਾਸ ਹੋ ਜਾਂਦਾ। ਬੱਚੇ ਕਿੰਨੇ ਆ? ਗੁੜੀਆ ਜੀ ਮੇਰੀ, ਗੁੜੀਆ ਦੋ ਨੇ, ਇੱਕ ਗੁੜੀਆ, ਹਾਂਜੀ, ਬੇਟਾ ਨਹੀਂ? ਨਹੀਂ ਹੈ ਜੀ। ਸੋ ਫਿਰ ਕਿੱਦਾਂ ਲੱਗਦਾ ਹੈ ਕਿ ਲੋਕ ਜਿਹੜੇ ਨੇ 31 ਦਸੰਬਰ ਤੇ ਪੁਰਾਣੇ ਸਾਲ ਦੇ ਉੱਤੇ ਘੁੰਮਣ ਫਿਰਨ ਜਾਂਦੇ ਨੇ, ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਕਿ ਨਵਾਂ ਸਾਲ ਜਿਹੜਾ ਹੈ ਖੁਸ਼ੀਆਂ ਵਾਲਾ ਸਾਰੇ ਪਰਿਵਾਰ ਤੇ ਸਾਰਿਆਂ ਲੋਕਾਂ ਤੇ ਆਵੇ,
ਤੁਸੀਂ ਕੀ ਅਪੀਲ ਕਰਦੇ ਹੋ ਤੇ ਤੁਸੀਂ ਕੀ ਪਰਮਾਤਮਾ ਕੋਲ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਜਿਹੜਾ ਨਵਾਂ ਸਾਲ ਸਾਡੇ ਵਾਸਤੇ ਨਵਾਂ ਸਾਲ ਵਧੀਆ ਵਾ। ਚਲੋ ਹੁਣ ਸਾਹਿਬਾਂ ਦੇ ਵਿੱਚ ਬੰਦੇ ਨੂੰ ਹੁੰਦਾ ਹੀ ਹੈ ਵੀ ਮੈਂ ਵੀ ਤੁਰਦਾ ਫਿਰਦਾ ਹੁੰਦਾ, ਇੱਥੇ ਜਾਂਦਾ ਉੱਥੇ ਜਾਂਦਾ, ਪਰ ਮੈਨੂੰ ਇੰਨੀ ਜੀ ਖੁਸ਼ੀ ਹੈ ਕਿ ਅਸੀਂ ਆਪਣਾ ਕੰਮ ਕਾਰ ਕਰਦੇ ਹਾਂ, ਘਰ ਚਲਾਉਣ ਡੇ ਹਾਂ, ਤੇ ਇੰਨਾ ਹੀ ਮੇਰੇ ਲਈ ਇਹ ਨਵਾਂ ਸਾਲ ਤੇ ਇਹੋ ਪੁਰਾਣਾ। ਰੋਟੀ ਜਿੱਥੋਂ ਮਿਲਦੀ ਉਹ ਚੀਜ਼ ਹੀ ਮਿਲਦੀ ਸਾਰਾ ਕੁਝ, ਇਹੋ ਨਵਾਂ ਪੁਰਾਣਾ। ਸੋ ਗੁਜ਼ਾਰਾ ਫਿਰ ਹੋ ਜਾਂਦਾ ਹੈ, ਦਾਲ ਫੁਲਕਾ ਚੱਲ ਜਾਂਦਾ ਰਮਾਨ, ਉਹਨੇ ਜੀ ਖੁਸ਼ ਹੈ ਦਾਲ ਫੁਲਕਾ ਚੱਲਦਾ ਜਾਏ, ਬੜੀ ਵਧੀਆ ਗੱਲ। ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ? ਤੁਸੀਂ ਮਿਹਨਤ ਕਰਦੇ ਹੋ, ਸਵੇਰੇ 7 ਵਜੇ ਆਉਂਦੇ ਹੋ ਤੇ 7 ਵਜੇ ਜਾਂਦੇ, ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ? ਮੈਸੇਜ ਇਹੋ ਹੀ ਆ ਕਿ ਮਿਹਨਤ ਕਰਕੇ ਖਾਣਾ ਪੈਕ ਕਰੋ ਖਾਓ, ਤੇ ਨਾ ਨਸ਼ੇ ਪੱਤੇ ਵਾਲੇ ਬੰਨੇ ਪਾਓ ਆਪਣੀ, ਮੇਰੇ ਮਿਹਨਤ ਕਰਕੇ ਜਿਹੜਾ ਖਾਣ ਚ ਸਕੂਨ ਹੈ ਨਾ ਉਹ ਕਿਸੇ ਚੀਜ਼ ਚ ਸਕੂਨ ਨਹੀਂ ਹੈਗਾ। ਮਿਹਨਤ ਕਰਕੇ ਖਾਵਾਂਗੇ, ਕਿਸੇ ਦਾ ਕੋਈ ਤਾਣਾ ਨਹੀਂ, ਕੋਈ ਆਣ ਕੇ ਕਿਸੇ ਨਹੀਂ ਗੱਲ ਕਹਿ ਸਕਦਾ, ਪਰ ਮਿਹਨਤ ਕਰਕੇ ਖਾਣੀ ਚਾਹੀਦੀ ਹੈ, ਅਸੀਂ ਤੇ ਉਹ ਕਹਿ ਸਕਦੇ ਹਾਂ ਬਸ। ਸੋ ਗੱਲਬਾਤ ਕੀਤੀ ਹੈ ਜੀ, ਉਹਨਾਂ ਨੇ ਕਿਹਾ ਹੈ ਕਿ ਮੈਂ ਹੈਂਡੀਕੈਪ ਆ, ਮੇਰੀ ਵਾਈਫ ਵੀ ਹੈਂਡੀਕੈਪ ਆ, ਪਰ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਦੋ ਟਾਈਮ ਦੀ ਸਾਡੀ ਜਿਹੜੀ ਰੋਟੀ ਲਗਾਈ ਹੈ। ਸਵੇਰੇ 7 ਵਜੇ ਘਰੋਂ ਨਿਕਲਦਾ, ਕਿੰਨੀ ਸਰਦੀ ਹੁੰਦੀ ਹੈ, ਧੁੰਦ ਦੇ ਵਿੱਚ ਵੀ ਉਹ ਜਿਹੜਾ ਹੈ ਘਰੋਂ ਨਿਕਲਦਾ ਹੈ ਤਾਂ ਆਉਂਦਾ ਹੈ, ਤੇ ਇੱਕ ਉਹਦੀ ਬੱਚੀ ਹੈ, ਫਿਰ ਵੀ ਸ਼ੁਕਰ ਕਰਦਾ ਹੈ ਪਰਮਾਤਮਾ ਦਾ ਕਿ ਪਰਮਾਤਮਾ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈ ਕਿ ਸਾਡਾ ਦਾਲ ਫੁਲਕਾ ਚੱਲਦਾ ਹੈ ਤਾਂ ਆਪਾਂ ਖੁਸ਼ ਹਾਂ। ਲੋਕ ਘੁੰਮਣ ਜਾਂਦੇ ਨੇ ਕਦੀ ਕਿਤੇ ਕੋਈ ਕਿਤੇ, ਉਹ ਕਹਿੰਦਾ ਮੇਰਾ ਪੁਰਾਣਾ ਸਾਲ ਵੀ ਇੱਥੇ ਹੀ ਹੈ ਤੇ ਨਵਾਂ ਸਾਲ ਵੀ ਜਿਹੜਾ ਮੇਰਾ ਇੱਥੇ ਹੀ ਹੈ, ਮੇਰੇ ਅੱਡੇ ਦੇ ਉੱਤੇ ਮੈਂ ਇੱਥੇ ਹੀ ਚਾਹ ਦਾ ਕੰਮ ਕਰਕੇ, ਛੋਟਾ ਮੋਟਾ ਕੰਮ ਕਰਕੇ ਤੇ ਜਿਹੜਾ ਹੈ ਪਰਿਵਾਰ ਜਿਹੜਾ ਹੈ ਪਾਲਦਾ ਪਿਆ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਸੇ ਦਾਨੀ ਸੱਜਣ ਤੱਕ ਜਿਹੜੀ ਹੈ ਵੀਡੀਓ ਪਹੁੰਚਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਵਾਕਿਆ ਹੀ ਪਰਮਾਤਮਾ ਦੀ ਕਿਰਪਾ ਹੈ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਉਹਦੇ ਭਾਣੇ ਦੇ ਵਿੱਚ ਹੀ ਰਹਿ ਕੇ ਪੁਰਾਣਾ ਸਾਲ ਅਤੇ ਨਵਾਂ ਸਾਲ ਜਿਹੜਾ ਹੈ ਇੱਥੇ ਹੀ ਮਨਾਉਣਾ ਹੈ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ, ਲੱਕੀ ਰਾਜਪੂਤ, ਗੁਰਦਾਸਪੁਰ।